ਸੂਬੇ ਦੇ ਵਿੱਚ ਸਰਦੀ ਦਾ ਅਸਰ ਬਾਦਸਤੂਰ ਜਾਰੀ ਹੈ। ਜੇ ਗੱਲ ਅੰਮ੍ਰਿਤਸਰ ਦੀ ਕਰੀਏ ਤੇ ਅੰਮ੍ਰਿਤਸਰ ਵੀ ਬੀਤੇ ਕਈ ਦਿਨਾਂ ਤੋਂ ਇਸੇ ਤਰ੍ਹਾਂ ਦਾ ਮੌਸਮ ਚੱਲਦਾ ਆ ਰਿਹਾ, ਕੜਾਕੇ ਦੀ ਸਰਦੀ ਅਤੇ ਸੰਘਣੀ ਧੁੰਦ ਨੇ ਜਨਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਕੀਤਾ ਹੈ। ਜ਼ਰੂਰ 2 ਦਿਨ ਦੇ ਸੰਘਣੀ ਧੁੰਦ ਤੋਂ ਨਿਜਾਤ ਜ਼ਰੂਰ ਮਿਲੀ ਸੀਗੀ, ਪਰ ਅੱਜ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਂਗੇ ਔਰ ਬਿਜਲੀ ਕੇ ਮਾਮਲੇ ਮੇਂ ਪੰਜਾਬ ਕੋ ਸਰਪਲਸ ਬਣਾਏਂਗੇ। 24 ਘੰਟੇ ਬਿਜਲੀ ਦਿੰਦੀ ਹੈ ਜੀ, ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਿਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ, ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ 'ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ, ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦਊਂਗਾ। ਅੱਜ ਦਾ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਉਸੇ ਤਰ੍ਹਾਂ ਹੀ ਸਰਦ ਹੈ, ਪਰ ਧੁੰਦ ਬਰਕਰਾਰ ਹੈ। ਧੁੰਦ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਦੂਰ ਦੂਰ ਤੱਕ ਤੁਹਾਨੂੰ ਧੁੰਦ ਨਜ਼ਰ ਆਏਗੀ, ਜਿਹਦੇ ਨਾਲ ਵਾਹਨ ਜਿਹੜੇ ਨੇ ਚੱਲਣ ਦੇ ਵਿੱਚ ਅਸਮਰਥ ਹੁੰਦੇ ਨੇ, ਧੀਮੀ ਗਤੀ 'ਤੇ ਚੱਲਦੇ ਨੇ। ਜਿਹੜੇ ਵਾਹਨ ਚਾਲਕ ਆਪਣੇ ਆਪ ਨੂੰ ਸਰਦੀ ਤੋਂ ਬਚਾਉਣ ਲਈ ਮੂੰਹ ਢੱਕ ਕੇ, ਸਿਰ 'ਤੇ ਟੋਪੀਆਂ ਪਾ ਕੇ, ਹੱਥਾਂ 'ਤੇ ਗਲਵਜ਼ ਪਾ ਕੇ ਨਿਕਲ ਰਹੇ ਨੇ, ਉਹ ਵੀ ਉਹ ਨਿਕਲ ਰਹੇ ਨੇ ਜਿਨ੍ਹਾਂ ਨੇ ਆਪਣੇ ਕੰਮਾਂ 'ਤੇ ਜਾਣਾ ਹੈ, ਆਪਣੇ ਘਰਾਂ 'ਤੇ ਜਾਣਾ ਹੈ, ਸਕੂਲ ਜਾਣਾ ਹੈ ਜਾਂ ਆਪਣੇ ਆਪਣੇ ਆਫਿਸ ਜਾਣਾ ਹੈ। ਸੋ ਕੜਾਕੇ ਦੀ ਸਰਦੀ ਹੈ, ਜਿਸ ਕਰਕੇ ਜਿਹੜੀਆਂ ਫਲਾਈਟਸ ਹੈ ਉਹਨਾਂ 'ਤੇ ਵੀ ਅਸਰ ਪੈ ਰਿਹਾ, ਰੇਲ ਗੱਡੀਆਂ 'ਤੇ ਵੀ ਅਸਰ ਪੈ ਰਿਹਾ, ਉਹ ਵੀ ਲੇਟ ਚੱਲ ਰਹੀਆਂ, ਰੇਲ ਗੱਡੀਆਂ ਵੀ ਲੇਟ ਚੱਲ ਰਹੀਆਂ ਨੇ। ਇਸ ਕੜਾਕੇ ਦੀ ਸਰਦੀ ਕਾਰਨ ਮੌਸਮ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ, ਹਜੇ ਕਿਹਾ ਜਾ ਰਿਹਾ ਹੈ ਕਿ ਮੌਸਮ ਇਸੇ ਤਰ੍ਹਾਂ ਦੇ ਰਹਿਣ ਦੀ ਉਮੀਦ ਹੈ, ਕਿਉਂਕਿ ਇਸ ਮੌਸਮ ਦੇ ਵਿੱਚ ਕਿਸੇ ਤਰ੍ਹਾਂ ਦੀ ਹਜੇ ਬਾਰਿਸ਼ ਨਹੀਂ ਹੋਈ, ਜਿਸ ਕਰਕੇ ਮੌਸਮ ਤੋਂ ਕੋਈ ਨਿਜਾਤ ਨਜ਼ਰ ਨਹੀਂ ਆ ਰਹੀ। ਸ਼ਹਿਰ ਵਾਸੀਆਂ ਨੂੰ ਹਜੇ ਵੀ ਸਰਦੀ ਦੇ ਕੜਾਕੇ ਦੀ ਸਰਦੀ ਤੋਂ 2-4 ਹੋਣਾ ਪਵੇਗਾ। ਜੇ ਤੁਸੀਂ ਤਸਵੀਰਾਂ 'ਚ ਦੇਖੋ ਕਿ ਦੂਰ ਦੂਰ ਤੱਕ ਮੌਸਮ ਧੁੰਦ ਦੀ ਮਾਰ ਇਤਨੀ ਹੈ ਕਿ ਗਹਿਰੀ ਧੁੰਦ ਨਜ਼ਰ ਆ ਰਹੀ ਹੈ। ਸ਼ਹਿਰ ਦੇ ਵਿੱਚ ਤਾਂ ਜ਼ਰੂਰ ਆਵਾਜਾਈ ਥੋੜ੍ਹੀ ਵੱਧ ਜਾਂਦੀ ਹੈ, ਜਿਹੜਾ ਧੁੰਦ ਦਾ ਅਸਰ ਨਹੀਂ ਦੇਖਣ ਨੂੰ ਮਿਲਦਾ, ਮਗਰ ਜਿਸ ਤਰ੍ਹਾਂ ਅਸੀਂ ਸ਼ਹਿਰ ਤੋਂ ਬਾਹਰ ਨਿਕਲਦੇ ਹਾਂ ਗਹਿਰੀ ਧੁੰਦ ਸਾਹਮਣੇ ਨਜ਼ਰ ਆਉਂਦੀ ਹੈ। ਇਸ ਸਾਈਡ ਐਲੀਵੇਟਡ ਰੋਡ ਹੈ ਜਿਹੜਾ ਸਿੱਧਾ ਜਲੰਧਰ ਨੂੰ ਨਿਕਲਦਾ ਹੈ, ਉੱਥੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਜਿਹੜੇ ਵਹੀਕਲਸ ਨੇ, ਜਿਹੜੇ ਵਾਹਨ ਨੇ, ਆਰਾਮ ਨਾਲ ਹੌਲੀ ਹੌਲੀ ਕਰਕੇ ਆ ਰਹੇ ਨੇ, ਕਿਉਂਕਿ ਧੁੰਦ ਦਾ ਅਸਰ ਇਤਨਾ ਗਹਿਰਾ ਹੈ ਕਿਉਂਕਿ ਡਰਾਈਵਿੰਗ ਕਰਨਾ ਵੀ ਮੁਸ਼ਕਲ ਹੋਇਆ ਹੈ। ਸਵੇਰ ਦਾ ਟਾਈਮ ਹੈ, ਸਵੇਰੇ ਸਵੇਰੇ ਲੋਕਾਂ ਨੇ ਆਪਣੇ ਕੰਮਾਂ 'ਤੇ ਜਾਣਾ ਹੈ, ਆਪਣੇ ਸਕੂਲ 'ਚ ਬੱਚਿਆਂ ਨੇ ਜਾਣਾ ਹੈ, ਆਪਣੇ ਆਫਿਸ 'ਚ ਜਾਣਾ ਹੈ, ਇਸ ਲਈ ਲੋਕ ਆਪਣੇ ਘਰੋਂ ਹੌਲੀ ਹੌਲੀ ਨਿਕਲ ਰਹੇ ਨੇ। ਪਰ ਪੂਰੀ ਤਰ੍ਹਾਂ ਸਰਦੀ ਤੋਂ ਬਚਾਵ ਦੇ ਲਈ ਮੂੰਹ ਕਵਰ ਕਰਕੇ, ਹੱਥਾਂ 'ਤੇ ਗਲਵਜ਼ ਪਾ ਕੇ ਆਪਣੇ ਵਾਹਨ ਚਲਾ ਰਹੇ ਨੇ। ਜੇ ਗੱਡੀਆਂ ਦੀ ਗੱਲ ਕਰੀਏ, ਗੱਡੀਆਂ ਦੇ ਵੀ ਹੌਲੀ ਹੌਲੀ ਚੱਲ ਰਹੀਆਂ ਨੇ, ਹੀਟਰ ਚਲਾ ਕੇ ਗੱਡੀਆਂ ਲੈ ਸਫ਼ਰ ਕਰ ਰਹੇ ਨੇ। ਸੋ ਬਹੁਤ ਜ਼ਿਆਦਾ ਅਸਰ ਹੈ। ਤੁਸੀਂ ਭਾਈ ਸਾਹਿਬ, ਸਰਦੀ ਦਾ ਬਹੁਤ ਜ਼ਿਆਦਾ ਅਸਰ ਹੈ, ਤੁਸੀਂ ਤੁਹਾਡੇ ਨਾਲ ਤੁਸੀਂ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਲੈ ਕੇ ਜਾਂਦੇ ਹੋ, ਕਿੰਨਾ ਕੁ ਤੁਹਾਨੂੰ ਲੱਗ ਰਿਹਾ ਕਿ ਸਰਦੀ ਦਾ ਅਸਰ ਇਹਨਾਂ ਦੇ ਉੱਤੇ ਪੈ ਰਿਹਾ? ਨਹੀਂ, ਸਰਦੀ ਦਾ ਅਸਰ ਹੈਗਾ ਸਰ, ਇਹ ਹਿਸਾਬ ਲਾ ਲਓ 60-70% ਤਾਂ ਹੈਗਾ ਹੀ ਹੈ 10 ਵਜੇ ਤੋਂ ਬਾਅਦ ਵੀ। ਫਿਰ ਇਹ ਵੀ ਤੁਹਾਨੂੰ ਦੇਖੀ 10:30 ਵੱਜ ਗਿਆ ਅਤੇ ਛੁੱਟੀਆਂ 'ਤੇ ਛੋਟੇ ਬੱਚਿਆਂ ਨੂੰ ਉੱਦਾਂ ਪੈਣਾ ਚਾਹੀਦਾ ਹੈ। ਬੱਚੇ ਘਰੋਂ ਨਿਕਲਦੇ ਨੇ, ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ? ਬੱਚੇ ਲੇਟ ਕਰ ਦਿੰਦੇ ਹੈ, ਬੱਚੇ ਲੇਟ ਕਰ ਦਿੰਦੇ ਜਦੋਂ ਆਪਾਂ ਜਾਈਦਾ ਅਤੇ 10-15 ਮਿੰਟ ਲਾ ਹੀ ਦਿੰਦੇ। ਸੋ ਤੁਸੀਂ ਦੇਖਿਆ ਕਿ ਛੋਟੇ ਛੋਟੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਜਾਣ ਲਈ ਤਿਆਰ ਹੁੰਦੇ ਨੇ, ਉਹ ਵੀ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਮੌਸਮ ਹੈ, ਸਰਦੀ ਹੈ, ਉਹਦੇ ਕਰਕੇ ਲੇਟ ਕਰਾ ਦਿੰਦੇ ਨੇ, ਚਾਹੇ ਵਾਹਨ ਉਹਨਾਂ ਨੂੰ ਲੈਣ ਜਿਹੜਾ ਆਉਂਦਾ ਹੈ, ਆਟੋ ਆਉਂਦਾ ਹੈ ਜਾਂ ਹੁਣ ਵੈਨ ਜਿਹੜੀ ਆਉਂਦੀ ਹੈ, ਉਸ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ। ਸੋ ਇਸਦਾ ਸਰਦੀ ਦਾ ਅਸਰ ਹੈ ਜਿਸ ਨੂੰ ਅਸੀਂ ਸਾਫ਼ ਦੇਖ ਸਕਦੇ ਹਾਂ। ਤੁਸੀਂ ਤਸਵੀਰਾਂ 'ਚ ਵੀ ਦੇਖੋ, ਵਾਹਨ ਚਾਲਕ ਜਿਹੜੇ ਚੱਲ ਰਹੇ ਨੇ ਉਹ ਵੀ ਆਪਣੇ ਆਪ ਨੂੰ ਕਵਰ ਕਰਕੇ ਜਾ ਰਹੇ, ਪੂਰੀ ਤਰ੍ਹਾਂ ਟੋਪੀਆਂ ਪਾ ਕੇ, ਮਫਰਲ ਬੰਨ੍ਹ ਕੇ, ਹੱਥਾਂ 'ਤੇ ਗਲਵਜ਼ ਪਾਏ ਹੋਏ ਨੇ,
ਔਰ ਮੂੰਹ ਜਿਹੜੇ ਨੇ ਢਕੇ ਹੋਏ ਨੇ। ਸੋ ਇਸ ਦਾ ਅਸਰ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ ਕੁਝ ਦਿਨ ਹੋਰ ਜਿਹੜਾ ਸਾਨੂੰ ਸੰਘਣੀ ਧੁੰਦ ਅਤੇ ਸਰਦੀ ਦੇ ਨਾਲ ਦੋ ਚਾਰ ਹੋਣਾ ਪਏਗਾ। ਸਰਦੀ ਤਾਂ ਬਹੁਤ ਪੈਣ ਡੀ ਹੈ ਜੀ, ਬਹੁਤ ਰਿਕਾਰਡ ਟੁੱਟਿਆ 50 ਸਾਲਾਂ ਦਾ ਮੇਰੇ ਹਿਸਾਬ ਨਾਲ, ਬਹੁਤ ਠੰਡ ਹੈ। ਧੁੰਦ ਦਾ ਹਰਕਾ ਘੱਟ ਆ, ਧੁੰਦ ਦਾ ਥੋੜ੍ਹਾ ਬਚਾਅ, ਸਰਦੀ ਜ਼ਿਆਦਾ। ਕੰਮ ਨਿਕਲਦੇ ਨਹੀਂ ਅੱਜ ਕੱਲ੍ਹ, ਠੰਡ 'ਚ ਲੋਕ ਬਾਹਰ ਨਹੀਂ ਆਉਂਦੇ, ਕੰਮ ਕਾਰੋਬਾਰ ਠੱਪ ਹੋਏ, ਜਾਣਾ ਪੈਂਦਾ ਘਰ ਗੁਜ਼ਾਰਾ। ਮੌਸਮ ਵਿਭਾਗ ਦੇ ਮੁਤਾਬਿਕ ਸੂਬੇ ਦੇ ਵਿੱਚ ਹਜੇ ਕੋਈ ਆਸਾਰ ਨਹੀਂ ਨਜ਼ਰ ਆ ਰਹੇ ਕਿ ਬਾਰਿਸ਼ ਹੋ ਜਾਏ। ਬਾਰਿਸ਼ ਹੁੰਦੀ ਹੈ ਤਾਂ ਮੌਸਮ ਥੋੜ੍ਹਾ ਜਿਹਾ ਪਰ ਦੇ ਵਿੱਚ ਥੋੜ੍ਹੀ ਜਿਹੀ ਉੱਚਾ ਉਤਾਰ ਵਧੇਗਾ, ਚੜਾਅ ਵਧੇਗਾ। ਉਸ ਤੋਂ ਬਾਅਦ ਸਰਦੀ ਦੇ ਵਿੱਚ ਆਹਿਸਤਾ ਆਹਿਸਤਾ ਸਰਦੀ ਨੂੰ ਅਸਰ ਘੱਟ ਜਾਏਗਾ। ਪਰ ਇਸ ਵੇਲੇ ਜੇ ਗੱਲ ਕਰੀਏ, ਹੁਣ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਧੁੰਦ ਤਾਂ ਜ਼ਰੂਰ ਹੈ, ਪਰ ਹਲਕੀ ਹਲਕੀ ਫੁਹਾਰ ਪੈ ਰਹੀ ਹੈ ਜਿਹਦੇ ਨਾਲ ਮੌਸਮ ਹੋਰ ਸਰਦ ਹੋ ਰਿਹਾ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।